सत श्री अकाल जी सारे किसान वीरां नूं ते यूट्यूब फार्मर चैनल ते तुहाडा सब दा स्वागत करदे आं। सो मौसम की रिपोर्ट लैके हाजिर हाँ 18, 19 ते 20 जुलाई की। इन्हां तीन दिनां विच पंजाब दा मौसम एक बार फिर तो वड्डी तब्दीली लैके आउण जा रहा है। एक बार फिर पंजाब दे विच चंगा दरमियाना मीह पैण दे सार ने कई हिस्सों दे विच भारी मीह पवेगा। सो उस दे संबंधित ही ताज़ा अपडेट तुहाडे नाल सांझी करांगे। सो जिमें कि आपां पहलां देखिया कि लगभग पिछले दिनों दौरान पंजाब दे विच एक चंगा मीह का स्पैल देखने को मिला। 2-3 दिनों दौरान टुटवें रूप में जिहड़े बरसाती कारवाइयां पंजाब विच देखने को मिली ने, ते उस तो बाद 14 तरीक तो पंजाब का मौसम साफ ते खुश्क रहा। ते इह जिहड़ा साफ मौसम का जिहड़ा दिन ने लगभग 17 जुलाई तक जिहड़ा पंजाब का मौसम इस तरह साफ बनया रहेगा। हल्की टुटवीं बदलवाई ने एक दो भागों में हो सकता है कि बूंदाबांदी हो जाए, पर कोई ज़्यादा मौसमी वड्डी कारवाई होने के आसार ना मात्र होणगे। ਅਤੇ 18 ਜੁਲਾਈ ਤੋਂ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਵੱਡੀ ਤਬਦੀਲੀ ਲੈ ਕੇ ਆਵੇਗਾ। ਮੌਨਸੂਨੀ ਬਰਸਾਤਾਂ ਦੀ ਜਿਹੜੀ ਚੰਗੀ ਸ਼ੁਰੂਆਤ ਆ ਉਹ ਪੰਜਾਬ ਦੇ ਵਿੱਚ 18 ਜੁਲਾਈ ਤੋਂ ਦੇਖਣ ਨੂੰ ਮਿਲੂਗੀ। ਸੋ ਜਿਵੇਂ ਕਿ ਆਪਾਂ ਇਹ ਰੇਨਫਾਲ ਡਾਟਾ ਵੀ ਦੇਖ ਰਹੇ ਹਾਂ ਜਿਹੜਾ ਕਿ 18 ਤੋਂ ਲੈ ਕੇ 20 ਜੁਲਾਈ ਦੇ ਵਿਚਕਾਰ ਦਾ ਹੈ। ਇਸ ਦੇ ਵਿੱਚ ਦੇਖ ਰਿਹਾ ਕਿ ਪੂਰਬੀ ਪਾਸੇ ਜਿਹੜੇ ਚੰਗੇ ਤਕੜੇ ਬੱਦਲੀ ਸਿਸਟਮ ਨੇ ਉਹ ਪੰਜਾਬ ਨੂੰ ਕ੍ਰੋਸ ਕਰਨਗੇ, ਜਿਹੜੇ ਕਿ 18 ਤੋਂ ਸ਼ੁਰੂਆਤ ਹੋ ਕੇ 20 ਜਾਂ ਫਿਰ 21 ਜੁਲਾਈ ਤੱਕ ਜਾਰੀ ਰਹੇਗੀ। ਇਹਨਾਂ 3-4 ਦਿਨਾਂ ਦੌਰਾਨ ਪੰਜਾਬ ਦੇ ਵਿੱਚ ਜਿਹੜੇ ਰੁਕ ਰੁਕ ਕੇ ਬਰਸਾਤ ਹੁੰਦੀ ਰਹੇਗੀ। ਕਈ ਹਿੱਸਿਆਂ ਦੇ ਵਿੱਚ ਚੰਗਾ ਦਰਮਿਆਨੇ ਤੋਂ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਅਤੇ ਕੁਝ ਹਿੱਸਿਆਂ ਵਿੱਚ ਹਲਕਾ ਫੁਲਕਾ ਮੀਂਹ ਵੀ ਰਹੇਗਾ। ਉਮੀਦ ਇਹੀ ਹੈ ਕਿ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਸਾਰੇ ਇਲਾਕਿਆਂ ਵਿੱਚ ਜਿਹੜਾ ਮੌਸਮ ਜਿਹੜਾ ਬਦਲੇਗਾ ਅਤੇ ਸਾਰੇ ਹੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਚੰਗੀ ਬਰਸਾਤ ਹੋਣ ਦੇ ਜਿਹੜੇ ਚਾਂਸ ਨੇ ਉਹ ਬਣਦੇ ਨਜ਼ਰ ਆਉਣਗੇ। ਕਿਉਂਕਿ ਇਹ ਜੋ ਬਦਲੀ ਸਿਸਟਮ ਪਹੁੰਚ ਰਿਹਾ ਹੈ ਕਾਫੀ ਜਿਹੜਾ ਤਕੜਾ ਅਤੇ ਵੱਡੇ ਪੱਧਰ ਦਾ ਹੋਵੇਗਾ। ਅਤੇ ਜਿਵੇਂ ਕਿ ਪਿਛਲੇ ਮੀਂਹਾਂ ਦੌਰਾਨ ਜਿਹੜੇ 12-13 ਜੁਲਾਈ ਨੂੰ ਕੁਝ ਬਰਸਾਤਾਂ ਹੋਈਆਂ ਤਾਂ ਉਸ ਵਿੱਚ ਫਾਜ਼ਿਲਕਾ ਹੋ ਗਿਆ ਇਲਾਕਾ, ਜਿਵੇਂ ਕੁਝ ਮੁਕਤਸਰ ਸਾਹਿਬ ਦੇ ਭਾਗ ਅਤੇ ਕੁਝ ਮਾਨਸੇ ਦੇ ਹੋ ਗਏ। ਸੋ ਇਹ ਇਲਾਕੇ ਇਹਨਾਂ ਜ਼ਿਲ੍ਹਿਆਂ ਦੇ ਕਈ ਭਾਗ ਜਿਹੜੇ ਉਹ ਜ਼ਿਆਦਾਤਰ ਖੁਸ਼ਕ ਰਹੇ ਨੇ, ਜਿਨ੍ਹਾਂ ਵਿੱਚ ਮੀਂਹ ਨਹੀਂ ਪਿਆ, ਸੋਕੇ ਦੀ ਮਾਰ ਹੇਠ ਚੱਲ ਰਹੇ ਨੇ। ਸੋ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ 18 ਤੋਂ ਲੈ ਕੇ 21 ਜੁਲਾਈ ਦੇ ਦਰਮਿਆਨ ਇੱਕ ਵਾਰ ਫਿਰ ਦੁਬਾਰਾ ਵਧੀਆ ਮੀਂਹ ਦੇਖਣ ਨੂੰ ਮਿਲੇਗਾ। ਜੋ ਇਲਾਕੇ ਸੋਕੇ ਤੋਂ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਇਲਾਕਿਆਂ ਵਿੱਚ ਬਰਸਾਤ ਹੋਣ ਦੇ ਨਾਲ ਜਿੱਥੇ ਫਸਲਾਂ ਨੂੰ ਲਾਭ ਮਿਲੇਗਾ ਅਤੇ ਉੱਥੇ ਗਰਮੀ ਤੋਂ ਰਾਹਤ ਵੀ ਮਿਲੇਗੀ। ਅਤੇ ਜੇਕਰ ਹੁਣ ਆਪਾਂ ਹੁਣ ਦੇ ਡਾਟਾ ਦੇ ਮੁਤਾਬਕ ਜੋ ਅਪਡੇਟ ਆਈ ਉਸ ਮੁਤਾਬਕ ਦੇਖੀਏ ਤਾਂ ਪੰਜਾਬ ਦੇ ਵੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਤਾਂ ਇਸ ਦੇ ਵਿੱਚ ਪੂਰਬ ਤੋਂ ਲੈ ਕੇ ਉੱਤਰ ਅਤੇ ਕੁਝ ਪੱਛਮ ਦੇ ਇਲਾਕੇ ਹੋਣਗੇ ਜਿਨ੍ਹਾਂ ਦੇ ਵਿੱਚ ਭਾਰੀ ਤੋਂ ਲੈ ਕੇ ਬਹੁਤ ਭਾਰੀ ਮੀਂਹ ਪਵੇਗਾ, ਜਿਹਦੇ ਵਿੱਚ ਪਟਿਆਲਾ ਹੋ ਗਿਆ, ਫਤਿਹਗੜ੍ਹ ਸਾਹਿਬ ਹੋ ਗਿਆ, ਕੁਝ ਭਾਗ ਸੰਗਰੂਰ ਦੇ ਹੋ ਜਾਣਗੇ, ਚੰਡੀਗੜ੍ਹ, ਮੋਹਾਲੀ, ਲੁਧਿਆਣਾ ਹੋ ਗਿਆ, ਇਸ ਤੋਂ ਇਲਾਵਾ ਹੁਸ਼ਿਆਰਪੁਰ, ਨਵਾਂਸ਼ਹਿਰ ਤੋਂ ਲੈ ਕੇ ਜਲੰਧਰ, ਕਪੂਰਥਲਾ, ਮੋਗੇ ਜ਼ਿਲ੍ਹੇ ਦੇ ਕੁਝ ਭਾਗ ਹੋ ਜਾਣਗੇ। ਇਸ ਤੋਂ ਇਲਾਵਾ ਅੰਮ੍ਰਿਤਸਰ, ਗੁਰਦਾਸਪੁਰ ਹੋ ਗਿਆ, ਨਾਲ ਲੱਗਦੇ ਤਰਨ ਤਾਰਨ ਸਾਹਿਬ ਦੇ ਇਲਾਕੇ ਹੋਣਗੇ। ਸੋ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੰਗਾ ਦਰਮਿਆਨੇ ਤੋਂ ਲੈ ਕੇ ਭਾਰੀ ਅਤੇ ਕੁਝ ਹਿੱਸਿਆਂ ਵਿੱਚ ਜ਼ਿਆਦਾ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ। ਅਤੇ ਪੂਰਬੀ ਇਲਾਕਿਆਂ ਵਿੱਚ ਖਾਸ ਤੌਰ 'ਤੇ ਝੜੀ ਨੁਮਾ ਬਰਸਾਤ ਆ ਜਿਹੜੀ 2-3 ਦਿਨਾਂ ਤੱਕ ਲਗਾਤਾਰ ਵੀ ਰਹਿ ਸਕਦੀ ਹੈ। ਸੋ ਉਮੀਦ ਇਹੀ ਹੈ ਕਿ ਇਹਨਾਂ ਦਿਨਾਂ ਵਿੱਚ ਪੰਜਾਬ ਦੇ ਲਗਭਗ 100% ਇਲਾਕਿਆਂ ਵਿੱਚ ਜਿਹੜਾ ਮੀਂਹ ਦੇਖਣ ਨੂੰ ਮਿਲੇਗਾ, ਮੀਂਹ ਦਰਮਿਆਨੇ ਤੋਂ ਲੈ ਕੇ ਭਾਰੀ ਰਹੇਗਾ। ਅਤੇ ਬਾਕੀ ਅਗਲੇ ਦਿਨਾਂ ਦੇ ਵਿੱਚ ਜਿਵੇਂ ਵੀ ਕੋਈ ਨਵੀਂ ਅਪਡੇਟ ਆਵੇਗੀ ਉਸ ਦੀ ਜਾਣਕਾਰੀ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦੇਵਾਂਗੇ ਕਿ ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਅਪਡੇਟ ਵਧੀ ਹੈ ਜਾਂ ਘਟੀ ਹੈ। ਸੋ ਲਗਾਤਾਰ ਕਿਸਾਨੀ, ਖੇਤੀਬਾੜੀ, ਮੌਸਮ ਦੀ ਹਰ ਅਪਡੇਟ ਲਈ ਯੂਟਿਊਬ ਫਾਰਮਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।